पहुंचो गरुड़ द्वार। हैरी पॉटर ਆਪਾਂ ਸਾਰਿਆਂ ਨੇ ਇਹ ਫਿਲਮ ਦੇਖੀ ਆ ਜਾਂ ਸੁਣਿਆ ਹੋਊਗਾ ਇਸ ਬਾਰੇ। ਇਹ ਫਿਲਮ ਫਿਲਮੀ ਜਗਤ ਵਿੱਚ ਇਹਦਾ ਇੱਕ ਵੱਖਰਾ ਨਾਮ ਆ, ਵੱਖਰੀ ਪਹਿਚਾਣ ਆ ਇਹਦੀ ਖੁਦ ਦੀ ਸਟੋਰੀ ਕਰਕੇ। ਇਹਦੀ ਸਟੋਰੀ ਹੀ ਫਿਲਮਾਂ ਤੋਂ ਅੱਡ ਆ ਕਿ ਪਰੀਆਂ ਦੀਆਂ ਕਹਾਣੀਆਂ, ਜਾਦੂਗਰੀ ਇੰਨੀ ਵਧੀਆ ਚੀਜ਼ 'ਤੇ ਇੰਨੀ ਬਰੀਕੀ ਦੇ ਨਾਲ ਦਿਖਾਈਆਂ ਗਈਆਂ ਕਿ ਇਹਨੇ ਸਾਰੀ ਦੁਨੀਆ ਦਾ ਦਿਲ ਮੋਹ ਲਿਆ। ਪਰ ਤੁਹਾਨੂੰ ਪਤਾ ਤੁਹਾਡੀ ਇਹ ਕਹਾਣੀ ਇੱਕ ਨੋਵਲ ਤੋਂ ਲਈ ਗਈ ਆ, ਤਾਂ ਆਓ ਇਹ ਕਹਾਣੀ ਕਿੱਥੋਂ ਆਈ, ਕਿਵੇਂ ਆਈ, ਹੈਰੀ ਪੋਟਰ ਅਸਲ 'ਚ ਬਣਿਆ ਕਿਵੇਂ, ਉਹਦੇ ਬਾਰੇ ਜਾਣਦੇ ਹਾਂ। ਜਾਣਨ ਤੋਂ ਪਹਿਲਾਂ ਥੋੜ੍ਹੀ ਹੋਰ ਜਾਣਕਾਰੀ ਦੇਵਾਂ ਕਿ ਹੈਰੀ ਪੋਟਰ ਜਿਹਨੂੰ ਅੱਜ ਕਾਫੀ ਸਾਰੇ ਅਵਾਰਡ ਮਿਲੇ, ਕਾਫੀ ਲੋਕਾਂ ਨੂੰ ਪਸੰਦ ਆਈ, ਤੁਸੀਂ ਮੰਨੋਗੇ ਕਿ ਜਿਹੜੀ ਇਹ ਕਿਤਾਬ ਆ ਜਾਂ ਇਹਦੀ ਜਿਹੜੀ ਕਿਤਾਬ ਸੀ ਉਹਨੂੰ 12 ਵਾਰ ਰਿਜੈਕਟ ਕਰ ਦਿੱਤਾ ਗਿਆ ਸੀ ਕਿ ਅਸੀਂ ਇਸ ਕਿਤਾਬ ਨੂੰ ਨਹੀਂ ਛਾਪਾਂਗੇ। ਅਤੇ ਅੱਜ ਦੇਖ ਲਓ ਉਹੀ ਕਿਤਾਬ ਬੈਸਟ ਸੈਲਰ, ਪਹਿਲੇ ਨੰਬਰ 'ਤੇ ਚੱਲਦੀ ਹੈ ਟੌਪ ਦੀ ਕਿਤਾਬਾਂ ਵਿੱਚੋਂ ਇੱਕ। ਇਹਦਾ ਔਥਰ ਕੌਣ ਸੀ ਅਤੇ ਉਹਦੀ ਜ਼ਿੰਦਗੀ ਕਿੱਦਾਂ ਦੀ ਰਹੀ, ਕਿਉਂਕਿ ਉਹ ਚੀਜ਼ ਬਹੁਤ ਜ਼ਰੂਰੀ ਆ, ਕਿਉਂਕਿ ਉਹਨਾਂ ਦੀ ਜ਼ਿੰਦਗੀ ਵਿੱਚ ਹੁਣ ਤੋਂ ਲੈ ਕੇ ਪਹਿਲਾਂ ਤੱਕ ਕਾਫੀ ਉਤਾਰ ਚੜਾਅ ਆਉਂਦੇ ਰਹੇ। ਅਤੇ ਆਓ ਜਾਣਦੇ ਹਾਂ ਉਹਨਾਂ ਦੀ ਜ਼ਿੰਦਗੀ ਬਾਰੇ। ਜੇ ਕੇ ਰੋਲਿੰਗ। ਜੇਕਰ ਰੋਲਿੰਗ ਦੀ ਗੱਲ ਕਰੀਏ ਤਾਂ ਇਹਨਾਂ ਦਾ ਜਨਮ 31 ਜੁਲਾਈ 1965 ਈਸਵੀ ਵਿੱਚ ਇੰਗਲੈਂਡ 'ਚ ਹੁੰਦਾ। ਜੇਕੇ ਹਮੇਸ਼ਾ ਤੋਂ ਹੀ ਲਿਖਣ ਦੀ ਪੜ੍ਹਨ ਦੀ ਸ਼ੌਕੀਨ ਸੀ ਅਤੇ ਉਹ ਅਜੀਬ ਅਜੀਬ ਕਹਾਣੀਆਂ ਬਣਾ ਕੇ ਆਪਣੀ ਭੈਣ ਨੂੰ ਸੁਣਾਉਂਦੀ ਰਹਿੰਦੀ ਸੀ। ਇੱਕ ਦਿਨ ਕੀ ਹੁੰਦਾ ਕਿ ਇੱਕ ਸਫ਼ਰ ਦੇ ਵਿੱਚ ਜੇਕੇ ਰੋਲਿੰਗ ਇੱਕ ਟ੍ਰੇਨ ਦੇ ਵਿੱਚ ਬੈਠੇ ਹੁੰਦੇ ਨੇ ਅਤੇ ਉਹ ਸਫ਼ਰ ਦੇ ਵਿੱਚ ਜਾਂਦੇ ਨੇ ਅਤੇ ਉਹਨਾਂ ਨੂੰ ਜਾਂਦੇ ਜਾਂਦੇ ਇੱਕ ਖਿਆਲ ਆਉਂਦਾ ਕਿ ਕਿਉਂ ਨਾ ਇੱਕ ਅਜਿਹੀ ਕਿਤਾਬ ਲਿਖੀ ਜਾਵੇ ਜਿਹਦੇ ਵਿੱਚ ਇੱਕ ਜਾਦੂਗਰੀ ਦਾ ਸਕੂਲ ਹੋਵੇ ਅਤੇ ਉਹਦੇ ਵਿੱਚ ਇੱਕ ਮੁੰਡਾ ਹੋਵੇ ਜੋ ਜਾਦੂਗਰ ਸਿੱਖ ਦਾ ਹੋਵੇ। ਬਿਲਕੁਲ ਇੱਥੋਂ ਸ਼ੁਰੂਆਤ ਹੁੰਦੀ ਹੈ ਸਾਡੇ ਆਪਦੇ ਹੈਰੀ ਪੋਟਰ ਦੇ ਪਹਿਲੇ ਸੀਨ। ਰੋਲਿੰਗ ਇਹ ਕਿਤਾਬ ਅੱਗੇ ਲਿਖਣਾ ਸ਼ੁਰੂ ਕਰਦੀ ਹੈ, ਇਸ ਵਿੱਚ ਉਹ ਲਿਖਣਾ ਸ਼ੁਰੂ ਕਰਦੀ ਹੈ ਅਤੇ ਥੋੜ੍ਹੇ ਟਾਈਮ ਬਾਅਦ ਹੀ ਉਹਨੂੰ ਇੱਕ ਦੁਖਦ ਘਟਨਾ ਦਾ ਸਾਹਮਣਾ ਕਰਨਾ ਪੈਂਦਾ, ਉਹਨਾਂ ਦੇ ਮਾਤਾ ਜੀ ਦਾ ਦੇਹਾਂਤ। ਉਹਨਾਂ ਦੇ ਮਾਤਾ ਜੀ ਦਾ ਦੇਹਾਂਤ ਹੋਣ ਤੋਂ ਬਾਅਦ ਰੋਲਿੰਗ ਬਹੁਤ ਹੀ ਜ਼ਿਆਦਾ ਟੁੱਟ ਜਾਂਦੀ ਹੈ, ਕਿਉਂਕਿ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਸਭ ਤੋਂ ਕਰੀਬ ਸਨ ਅਤੇ ਅਕਸਰ ਅਸੀਂ ਦੇਖਦੇ ਹਾਂ ਕਿ ਮਾਵਾਂ ਧੀਆਂ ਦੇ ਕਰੀਬ ਹੀ ਹੁੰਦੀਆਂ ਨੇ। ਇਹ ਦੁੱਖ ਉਹਨਾਂ ਤੋਂ ਜਰ ਨਹੀਂ ਹੋਇਆ ਅਤੇ ਉਹ ਕਾਫੀ ਟਾਈਮ ਕਹਿੰਦੇ ਆ ਨਾ ਵੀ ਇਕੱਲੇ ਰਹਿਣ ਲੱਗ ਗਏ, ਕੁਛ ਨਾ ਕਰਨਾ, ਸਾਰਿਆਂ ਤੋਂ ਚੁੱਪ ਚਾਪ ਰਹਿਣਾ। ਬਟ ਇਹ ਚੀਜ਼ 'ਚੋਂ ਬਾਹਰ ਕੱਢਣ ਲਈ ਵੀ ਉਹਨਾਂ ਨੇ ਲਿਖਤ ਦਾ ਹੀ ਸਹਾਰਾ ਲਿਆ ਅਤੇ ਕਹਿ ਸਕਦੇ ਹਾਂ ਕਿ ਇੱਕ ਲਿਖਤਕਾਰੀ ਉਹ ਸੀ ਜਿਹਨੇ ਜੇਕੇ ਰੋਲਿੰਗ ਨੂੰ ਇਸ ਚੀਜ਼ 'ਚੋਂ ਬਾਹਰ ਕੱਢਣ 'ਚ ਉਹਨਾਂ ਦੀ ਮਦਦ ਕੀਤੀ। ਅਤੇ ਇਸ ਤੋਂ ਬਾਅਦ ਜੇ ਗੱਲ ਕਰੀਏ ਜੇਕੇ ਰੋਲਿੰਗ ਆਪਣੀ ਉਚੇਰੀ ਪੜ੍ਹਾਈ ਦੇ ਲਈ, ਇਹਨਾਂ ਚੀਜ਼ਾਂ 'ਚੋਂ ਬਾਹਰ ਨਿਕਲਣ ਦੇ ਲਈ, ਆਪਣੀ ਜਦੋਂ ਉਹਨਾਂ ਦੇ ਮਾਤਾ ਜੀ ਦੀ ਡੈਥ ਹੋ ਜਾਂਦੀ ਆ, ਉਦੋਂ ਬਾਅਦ ਉਹ ਪੁਰਤਗਾਲ ਵੱਲ ਚਲੇ ਜਾਂਦੇ ਨੇ ਆਪਣੀ ਅੱਗੇ ਪੜ੍ਹਾਈ ਦੇ ਲਈ ਜਾਂ ਕੰਮ ਕਾਰ ਦੇ ਲਈ। ਅਤੇ ਉੱਥੇ ਜਾ ਕੇ ਉਹ ਇੱਕ ਟੀਚਰ ਦੀ ਜੌਬ ਕਰਦੇ ਨੇ ਅਤੇ ਉੱਥੇ ਇੰਗਲਿਸ਼ ਸਿਖਾਉਂਦੇ ਨੇ ਬੱਚਿਆਂ ਨੂੰ। ਹੁਣ ਉੱਥੇ ਜਾਂਦੇ ਨੇ, ਕੁਛ ਟਾਈਮ ਲੰਘਦਾ ਅਤੇ ਉੱਥੋਂ ਦੇ ਇੱਕ ਪੱਤਰਕਾਰ ਸਨ ਜਿਨ੍ਹਾਂ ਨਾਲ ਰੋਲਿੰਗ ਜੀ ਨੂੰ ਪਿਆਰ ਹੋ ਜਾਂਦਾ ਅਤੇ ਉਹਨਾਂ ਦੀਆਂ ਕਾਫੀ ਨੇੜਤਾ ਵੱਧ ਜਾਂਦੀਆਂ ਨੇ। ਇਸ ਦੇ ਚੱਲਦੇ ਚੱਲਦੇ ਉਹ ਇੱਕ ਦੂਜੇ ਨਾਲ ਵਿਆਹ ਕਰਾਉਂਦੇ ਨੇ ਅਤੇ ਖੁਸ਼ੀ ਖੁਸ਼ੀ ਆਪਣਾ ਜੀਵਨ ਬਤੀਤ ਕਰਨ ਲੱਗਦੇ ਨੇ। ਇਸ ਵਿਆਹ ਤੋਂ ਬਾਅਦ ਜੇਕੇ ਰੋਲਿੰਗ ਕੋਲ ਇੱਕ ਕੁੜੀ ਹੁੰਦੀ ਆ, ਪਰ ਕਹਿੰਦੇ ਨੇ ਨਾ ਜਦੋਂ
ਕਿਸਮਤ ਮਾੜੀ ਹੋਵੇ ਤਾਂ ਕੋਈ ਵੀ ਵਧੀਆ ਚੀਜ਼ ਬਹੁਤੇ ਟਾਈਮ ਨਹੀਂ ਚੱਲਦੀ। ਅਤੇ ਜੇ ਕੇ ਰੋਲਿਨ ਦਾ ਇਹ ਵਿਆਹ ਵੀ ਬਹੁਤਾ ਟਾਈਮ ਨਹੀਂ ਚੱਲਿਆ, ਇਹਦੇ ਵਿੱਚ ਉਹਨਾਂ ਨੂੰ ਕਈ ਦਿੱਕਤਾਂ ਆਈਆਂ, ਚਾਹੇ ਫਿਜ਼ੀਕਲ ਹਰਾਸਮੈਂਟ ਕਹਿ ਲਈਏ ਚਾਹੇ ਕੁਝ ਵੀ ਕਹਿ ਲਈਏ। ਅਤੇ ਇਸਦੇ ਚੱਲਦੇ ਚੱਲਦੇ ਇੱਕ ਸਾਲ ਦੇ ਅੰਦਰ ਅੰਦਰ ਹੀ ਉਹਨਾਂ ਦੀ ਇਹ ਮੈਰਿਜ ਟੁੱਟ ਗਈ ਅਤੇ ਉਹ ਅਤੇ ਪੱਤਰਕਾਰ ਸਾਹਿਬ ਅੱਡ ਹੋ ਗਏ। ਇਸ ਤੋਂ ਬਾਅਦ ਜੇ ਕੇ ਰੋਲਿਨ ਨੇ ਜਿਹੜੇ ਉਹ ਆਪਣੀ ਸਿਸਟਰ ਕੋਲ ਚਲੇ ਜਾਂਦੇ ਨੇ ਆਪਣੀ ਬੇਟੀ ਨੂੰ ਨਾਲ ਲੈ ਕੇ, ਉਹ ਉੱਥੇ ਹੀ ਰਹਿਣ ਲੱਗਦੇ ਨੇ। ਅਤੇ ਇਹਨੇ ਇਸ ਟਾਈਮ ਪੀਰੀਅਡ ਦੇ ਵਿੱਚ ਜਿਹੜੀਆਂ ਹੈਰੀ ਪੋਟਰ ਦੀਆਂ ਸੀਗੀਆਂ ਉਹ ਤਿੰਨ ਸਿਕੁਐਂਸ ਰੈਡੀ ਹੋ ਗਏ ਸੀ। ਕਹਿਣ ਦਾ ਭਾਵ ਉਹ ਤਿੰਨ ਸਿਕੁਐਂਸ ਲਿਖਦੇ ਪਏ ਸੀ, ਚੱਲ ਰਹੇ ਸੀ, ਉਹਨਾਂ ਵਿੱਚ ਉਹ ਕਾਫ਼ੀ ਐਂਡਿੰਗ ਤੱਕ ਪਹੁੰਚਣੇ ਵਾਲੇ ਸਨ। ਇਸ ਤੋਂ ਬਾਅਦ ਉਹਨਾਂ ਨੇ ਵੈਲਫੇਅਰ ਬੈਨੀਫਿਟਸ ਦਾ ਫਾਰਮ ਭਰਿਆ ਜਿਸ ਵਿੱਚ ਬ੍ਰਿਟਿਸ਼ ਸਰਕਾਰ ਗਰੀਬਾਂ ਅਤੇ ਜਿਹੜੇ ਸਿੰਗਲ ਪੇਰੈਂਟ ਸੀ ਉਹਨਾਂ ਨੂੰ ਕੁਝ ਪੈਸੇ ਸਹਾਇਤਾ ਦਿੰਦੀ ਸੀ ਕਿ ਉਹ ਆਪਣਾ ਜੀਵਨ ਆਰਾਮ ਨਾਲ ਜੀ ਸਕਣ। ਇਹਨਾਂ ਸਭ ਦੇ ਬਾਵਜੂਦ ਵੀ ਉਹ ਲਿਖਦੇ ਰਹੇ, ਜਿਸ ਦੇ ਚੱਲਦਿਆਂ ਉਹਨਾਂ ਨੇ ਆਪਣੀ ਪਹਿਲੀ ਕਿਤਾਬ ਪੂਰੀ ਕਰ ਲਈ ਜਿਸ ਦਾ ਨਾਮ ਸੀ ਹੈਰੀ ਪੋਟਰ ਐਂਡ ਦਾ ਫਿਲੋਸਫਰ ਸਟੋਨ। ਹੁਣ ਕਿਤਾਬ ਪੂਰੀ ਹੁੰਦੀ ਹੈ, ਰੋਲਿਨ ਬਹੁਤ ਖੁਸ਼ ਹੁੰਦੇ ਨੇ ਅਤੇ ਇੱਕ ਅੱਗੇ ਪੜਾਅ ਵੱਧਦੇ ਨੇ ਕਿ ਇਸ ਨੂੰ ਪਬਲਿਸ਼ ਕਰਾਉਣ ਦੇ ਲਈ। ਅਤੇ ਜਦੋਂ ਉਹ ਇਸ ਨੂੰ ਪਬਲਿਸ਼ ਕਰਾਉਣ ਦੇ ਲਈ ਪਬਲਿਸ਼ਰਸ ਕੋਲ ਜਾਂਦੇ ਨੇ, ਵੱਖ ਵੱਖ ਲੋਕਾਂ ਨੂੰ ਮਿਲਦੇ ਨੇ, ਤਾਂ ਉੱਥੇ ਫਿਰ ਜਾ ਕੇ ਉਹਨਾਂ ਨੂੰ ਬਹੁਤ ਹੀ ਬੁਰੀ ਮੂੰਹ ਦੀ ਖਾਣੀ ਪੈਂਦੀ ਹੈ। ਕਿਉਂ? ਪੂਰੇ 12 ਪਬਲਿਸ਼ਰਸ ਨੇ ਇਸ ਕਿਤਾਬ ਨੂੰ ਲਿਖਣ ਦੇ ਲਈ ਇਨਕਾਰ ਕਰਤਾ ਕਿ ਇਹ ਕੀ ਸਟੋਰੀ ਆ, ਅਸੀਂ ਨਹੀਂ ਇਹਨੂੰ ਲਿਖਦੇ, ਅਸੀਂ ਨਹੀਂ ਇਹਨੂੰ ਪ੍ਰਮੋਟ ਕਰ ਸਕਦੇ। ਤੁਸੀਂ ਖੁਦ ਦੇਖੋ ਕਿ ਜਦੋਂ 12 ਵਾਰ ਇੱਕ ਚੀਜ਼ ਨੂੰ ਰਿਜੈਕਟ ਕਰ ਦਿੱਤਾ ਜਾਵੇ ਤਾਂ ਉਹਦੇ ਮਾਲਕ ਜਾਂ ਉਹਦੇ ਔਥਰ ਉੱਤੇ ਕੀ ਬੀਤੂਗੀ। ਬਿਲਕੁਲ ਇਸੇ ਦੇ ਚੱਲਦੇ ਰੋਲਿਨ ਵੀ ਪੂਰੀ ਤਰ੍ਹਾਂ ਟੁੱਟ ਗਏ, ਬਟ ਉਹਨਾਂ ਨੇ ਕੋਸ਼ਿਸ਼ ਨਹੀਂ ਛੱਡੀ। ਉਹ ਲੱਗੇ ਰਹੇ ਅਤੇ ਇੱਕ ਸਾਲ ਬਾਅਦ, ਪੂਰੇ ਇੱਕ ਸਾਲ ਬਾਅਦ ਲੰਡਨ ਦੇ ਇੱਕ ਪਬਲਿਸ਼ਿੰਗ ਹਾਊਸ ਨੇ ਇਸ ਕਿਤਾਬ ਨੂੰ ਆਖਿਰਕਾਰ ਛਾਪਣ ਲਈ ਮਨਜ਼ੂਰੀ ਦੇ ਦਿੱਤੀ। ਪਰ ਮਜ਼ੇ ਦੀ ਗੱਲ ਤਾਂ ਇਹ ਸੀ ਕਿ ਉੱਥੋਂ ਦੇ ਐਡੀਟਰ ਨੂੰ ਵੀ ਇਹ ਲੱਗਦਾ ਸੀ ਕਿ ਇਹ ਕਿਤਾਬ ਨਹੀਂ ਚੱਲੂਗੀ, ਇਹ ਕਿਤਾਬ ਪੂਰੀ ਤਰ੍ਹਾਂ ਫਲੋਪ ਜਾਊਗੀ, ਜਿਸ ਕਰਕੇ ਰੋਲਿਨ ਹਮੇਸ਼ਾ ਹੀ ਟੈਨਸ਼ਨ 'ਚ ਰਹਿੰਦੀ ਸੀ। ਪਰ 26 ਜੂਨ 1957 ਇਹ ਉਹ ਦਿਨ ਸੀ ਜਿਸ ਦਿਨ ਇਹ ਕਿਤਾਬ ਲਾਂਚ ਹੁੰਦੀ ਹੈ, ਜਾਂ ਕਹਿ ਦਿੰਦੇ ਹਾਂ ਕਿ ਇਹ ਕਿਤਾਬ ਮਾਰਕੀਟ ਦੇ ਵਿੱਚ ਆਉਂਦੀ ਹੈ। ਉਸ ਦਿਨ ਇਹ ਕਿਤਾਬ ਨੇ ਸਾਰਿਆਂ ਦੇ ਉਹ ਜਿਹੜੀ ਇਹਦੇ ਲਈ ਇੱਕ ਕਹਿੰਦੇ ਆ ਨਾ ਸੋਚ ਬਣੀ ਹੋਈ ਸੀ ਵੀ ਇਹ ਨਹੀਂ ਚੱਲਣੀ, ਇਹ ਕਿੱਦਾਂ ਦੀ ਕਿਤਾਬ ਆ, ਉਹ ਸਾਰਿਆਂ ਦੀ ਸੋਚ ਇੱਕਦਮ ਬਦਲ ਦਿੱਤੀ। ਕਿਉਂ? ਇਹ ਕਿਤਾਬ ਉਸ ਟਾਈਮ ਇੰਨੀ ਕੁ ਜ਼ਿਆਦਾ ਹਿੱਟ ਹੋਈ, ਇੰਨੇ ਕੁ ਜ਼ਿਆਦਾ ਲੋਕਾਂ ਨੇ ਇਸ ਨੂੰ ਪੜ੍ਹਿਆ, ਇੰਨਾ ਕੁ ਜ਼ਿਆਦਾ ਲੋਕਾਂ ਨੇ ਇਸ ਨੂੰ ਪਸੰਦ ਕਰਿਆ ਕਿ ਇਸ ਕਿਹਾ ਜਾਂਦਾ ਕਿ 500 ਮਿਲੀਅਨ ਤੋਂ ਵੀ ਪਲੱਸ ਇਸ ਦੀਆਂ ਵਿਕਰੀਆਂ ਹੋ ਗਈਆਂ। ਅਤੇ ਅਗਲੇ 5 ਮਹੀਨਿਆਂ ਦੇ ਵਿੱਚ ਹੀ ਇਸ ਕਿਤਾਬ ਨੂੰ ਨੈਸਲ ਸਮਾਰਟਿਸ ਬੁੱਕ ਅਵਾਰਡ, ਬ੍ਰਿਟਿਸ਼ ਬੁੱਕ ਅਵਾਰਡ ਅਤੇ ਚਿਲਡਰਨ ਬੁੱਕ ਆਫ ਦਾ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਇਹ ਕਿਤਾਬ ਬਹੁਤ ਹੀ ਜ਼ਿਆਦਾ ਪ੍ਰਚਲਿਤ ਹੋਈ ਅਤੇ ਇਸ ਦੇ ਨਾਲ ਨਾਲ ਹੈਰੀ ਪੋਟਰ ਦੇ ਹੋਰ ਵੀ ਸੀਕੁਐਂਸ ਨੇ ਜਿਹੜੇ ਉਹ ਨਾਲ ਨਾਲ ਆਉਂਦੇ ਰਹੇ, ਜਿਨ੍ਹਾਂ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ। ਇਸ ਦੌਰਾਨ ਰੋਲਿਨ ਨੇ ਕਾਫ਼ੀ ਜ਼ਿਆਦਾ ਪੈਸਾ ਵੀ ਕਮਾਇਆ ਅਤੇ ਇਹਦੇ ਨਾਲ ਨਾਲ ਚੱਲਦੇ ਚੱਲਦੇ 2004 ਦੇ ਵਿੱਚ ਕਿਤਾਬ ਲਿਖ ਕੇ ਬਿਲੀਅਨਰ ਬਣਨ ਵਾਲੀ ਪਹਿਲੀ ਔਰਤ ਬਣੇ ਜੇ ਕੇ ਰੋਲਿਨ। ਇਸ ਕਿਤਾਬ ਦੇ ਕੁੱਲ 7 ਪਾਰਟ ਆਏ ਜਿਨ੍ਹਾਂ ਨੂੰ ਬਿਕਮ ਦਾ ਬੈਸਟ ਸੈਲਿੰਗ ਬੁੱਕ ਆਲ ਦਾ ਟਾਈਮ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਕਿ ਹਰ ਟਾਈਮ ਇਹ ਕਿਤਾਬ ਸਭ ਤੋਂ ਬੈਸਟ ਹੈ। ਅੱਜ ਦੇ ਟਾਈਮ ਦੇ ਵਿੱਚ ਗੱਲ ਕਰੀਏ ਤਾਂ ਆਈ ਥਿੰਕ ਇਹ ਦੂਜੇ ਜਾਂ ਤੀਜੇ ਨੰਬਰ 'ਤੇ ਆ। ਅਤੇ ਇਹਨਾਂ ਹੀ 7 ਕਿਤਾਬਾਂ ਉੱਤੇ ਬਣੀ ਆ ਸਾਡੀ ਸਾਰਿਆਂ ਦੀ ਮਨਪਸੰਦ ਫਿਲਮ ਕਹਿ ਲਈਏ, ਸੀਰੀਜ਼ ਕਹਿ ਲਈਏ, ਦੀ ਹੈਰੀ ਪੋਟਰ। ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਕਈ ਕਹਾਣੀਆਂ ਪਿੱਛੇ ਲੁਕੀਆਂ ਰਹਿ ਜਾਂਦੀਆਂ, ਜਾਂ ਕਈ ਨਾਮ ਨੇ
ਦਾ ਜਿਹੜੇ ਇੱਦਾਂ ਹੀ ਪਿੱਛੇ ਰਹਿ ਜਾਂਦੇ ਨੇ। ਅਜਿਹੇ ਨਾਮ ਅਜਿਹੀਆਂ ਕਹਾਣੀਆਂ ਮੈਂ ਮਹਿਕਦੀਪ ਸਿੰਘ ਤੁਹਾਡੇ ਨਾਲ ਲੈ ਕੇ ਹਮੇਸ਼ਾ ਆਉਂਦਾ ਰਹੂੰਗਾ। ਇਹ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਦਾ ਪਤਾ ਲੱਗਦਾ ਰਹੇ। ਧੰਨਵਾਦ।